سلام سوال مولا صاحب دے والد مرحوم اور دیگر خاندان دے مرحومین نو احسان فرما، میرے مالک مرحومین دے درجات بلند فرما، پرندر پاک دے واسطے مرحومین دے صغیرہ کبیرہ گناہ معاف فرما، حسین سردار دے واسطے جتنے صاحبان دور کریم تو چل کے شبیر سردار دی مجلس وچ آئے مالک نے جو رہے مزور مقبول فرما، پرندر پاک دی عزت واسطے بے اولاد صاحبان نو اولاد نرینا عطا فرما، مالک بیمار مومن نو شفا کاملا عطا فرما، میرے مالک اوچے تے خدا قائم زمانہ دا جل دا جل ضرور فرما، میرے مالک سرکار محمد و آل محمد واسطے پاکستان نو اپنے حفظ و امان وچ رکھ، علماء حق دا سایہ ساڈے سب دے سراں وچ رکھ، محمد و آل محمد واسطے اس ملک شیعہ سنی نو اتفاق و اتحاد دی برکت عطا فرما، میرے مالک ساڈی دعا مستجاب فرما، بتو پہلے محمد و آل محمد علیہ السلام ملک شہدر صاحب زندگی دراز فرما، دیگر خاندان دے صاحبان نو مولا عزت رزق بخت عطا فرما، مالک ساڈی دعا مستجاب فرما، صدقہ حسین بادشاہ دی زندگی بلند سروات میرے شہنشاہ دی زندگی جہان اندر نظر نہیں آیا جواب فضا، بسم اللہ سبحان اللہ، میں دید ماری جہان اندر نظر نہیں آیا جواب فضا، کہ آل احمد دی معرفت دی عظیم تر ہے کتاب فضا، وفاد جگ وچ صرف دو ہستیاں ہیں نظیر اپنی مثال اپنی، رجال وچوں جناب غازی نساد وچوں جناب فضا، جی ہوں چاچا بشیر جی فرماؤ تسی کی فرما رہے ہیں، جناب فضا سلام اللہ علیہ بلند تر سلام، اچھا بلند سلوات میرے شہنشاہ دی جان، شیر پڑھنا ہے بڑا ہی سفر کرنا، نام کمانا نہیں اور وہ بھی شبیر سردار نو یہ جوانی نصیب ہوئے، میں پیا پیا نبوی No.
ਨਬਵੀ ਇੰਜ ਨਹੀਂ, ਇਹ ਇਨਸਾਫ ਨਹੀਂ। ਬਸਾ ਜੀ ਸਿਮਰ ਬਗੈਰ ਸ਼ਬੀਰ ਦੇ ਕਰੀਬ ਆਏ, ਜ਼ਰਬਾ ਚਲੈਂਦਾ ਰਿਹਾ ਤੇ ਬਗੈਰਤਾ ਦੇ ਤੇਰੇ ਸਾਰੇ ਸੱਜਣ ਤਾਂ ਮਾਰੇ ਗਏ। ਤੇ ਅੱਗੇ ਹੱਥ ਅਫਸੋਸ ਦੇ ਮਾਲਕੇ ਇੱਕ ਗਿਆਨ ਨਜ਼ਾ ਪਿਓ ਅਕਬਰ ਦਾ ਜ਼ਰਾ ਆਪਣੇ ਜਿਗਰ ਕੋ ਬੇਗਰਤਾ ਦਾ ਮਰਦ ਖੰਜਰ ਤੇ ਤੇਰੀ ਹਾਇਓ ਗਰਦਨ ਤੇ ਇੱਕ ਗੱਲ ਆਉਂਦਾ ਵੱਲ ਵੱਲ ਕੇ ਉਹ ਕੌਣ ਵੀ ਜਿਹੜੀ ਗੁੱਸਦੀ ਪਈ ਹੈ ਤੇਰੇ ਨਾਲ ਮੁਸਲਸਲ। ਬਗੈਰ ਸ਼ਬੀਰ ਸਰਦਾਰ ਦਾ ਸਰ ਕਲਮ ਕੀਤਾ ਤੁਰ ਪਿਆ ਸਿਪਾਹੀ ਆਦਿ ਮਰਦੀਆਂ ਲਹਾਈਏ ਘੋੜੇ ਤੁਲੀਆਂ ਲਹਾਈਏ ਬਗੈਰਤਾਂ ਦਾ ਜੰਗ ਮੁੱਕੀ ਨਹੀਂ, ਜੰਗ ਹੁਣ ਸ਼ੁਰੂ ਹੋਈ ਹੈ। ਸਿਰ ਲੈ ਕੇ ਮੈਰਲ ਕਮਾਨ ਦੇ ਪਾਸੇ ਟੁਰ ਪਿਆ ਬਗੈਰਤਾਂ ਦਿਨ ਕਿਨ ਵੇਂਦਾ ਲਈ ਜਾਂਦਾ ਉਹਦੀ ਲਾਸ਼ ਤੇ ਵੇਂਦਾ ਜਿਹਦੇ ਬਾਲੂਆਂ ਤੇ ਤਿਹਾਈ ਕੁਲ ਸਾਦਾਤ ਗੁਨਾ ਦੇ ਜਿਹੜਾ ਸਹਿ ਨਹੀਂ ਸਕਦਾ ਉੱਠ ਕੇ ਟੁੱਟ ਪਈ ਆਦੀ ਹੁਣ ਮੈਂ
ਦਾ ਪਰਦਾ ਬਚਾਵਾਂ, ਉਸ ਨੂੰ ਬਚਾਵਾਂ। ਟੁੱਟਦੀ ਟੁੱਟਦੀ ਜ਼ੈਨਬ ਦੇ ਖੈਮੇ ਦੇ ਕੋਲ ਆ ਕੇ ਬੀਬੀ ਨੂੰ ਆਉਂਦੀ ਹੈ, ਤੁਹਾਡੀ ਨੌਕਰ ਬਣ ਕੇ ਆਈ ਹੈ, ਦੱਸੋ ਤੁਹਾਡੇ ਚੋਂ ਜ਼ੈਨਬ ਕਿਹੜੀ ਹੈ। ਤੁਹਾਡੀ ਨੌਕਰ ਬਣ ਕੇ ਆਈ ਆ, ਸਲਾਰੇ ਕਾਫਲਾ ਕਿਹੜੀ। ਇੱਕ ਬੀਬੀ ਇਸ਼ਾਰਾ ਕਰਕੇ ਆਉਂਦੀ, ਉਹ ਜਿਹੜੀ ਚੁੱਪ ਬੈਠੀ ਹੈ। ਬਕਰ ਬਿਨ ਵਾਇਲ ਦੀ ਜ਼ੌਜਾ ਕਰੀਬ ਆ ਕੇ ਆਉਂਦੀ ਹੈ, ਦੁਨੀਆਂ ਦਾ ਵੱਡਾ ਬਗੈਰ ਤੈਨੂੰ ਲੁੱਟਣ ਪਿਆਂਦਾ, ਜੋ ਕੁਛ ਤੇਰੇ ਕੋਲ ਮੈਨੂੰ ਦੇ, ਮੈਂ ਬਾਹਰ ਭੇਜਾਂ, ਜੋ ਕੁਛ ਤੇਰੇ ਕੋਲ ਮੈਨੂੰ ਦੇ। ਇਹ ਬਕਰ ਬਿਨ ਵਾਇਲ ਦੀ ਜ਼ੌਜਾ ਆਉਂਦੀ, ਮੈਂ ਡਿੱਠਾ ਹੈ, ਮੈਂ ਡਿੱਠਾ ਹੈ। ਇਸ ਬੀਬੀ ਦੀ ਨਜ਼ਰ ਚ ਇਤਨੀ ਇਸਤਕਾਮਤ ਆਈ, ਬੀਬੀ ਡਿੱਠਾ ਹੈ, ਕਿਸੇ ਕੰਨਾਂ ਦੇ ਲੇਵਰ, ਕਿਸੇ ਬੀਬੀ ਹੱਥਾਂ ਦੇ ਲੇਵਰ, ਨਿੱਕੀ ਜਿਹੀ ਗੱਠ ਬਣ ਕੇ ਮੇਰੀ ਸੈਨ ਨੇ ਮੇਰੇ ਹੱਥ ਰੱਖੀ। ਇਤਨੀ ਦੇਰ ਤੇ ਸ਼ਿਮਰ ਵਾਇਲ ਖੈਮੇ ਤੇ 500 ਸਿਪਾਹੀ ਲੈ ਕੇ ਆ ਗਏ। ਮੈਨੂੰ ਆਦਾ ਬੀਬੀ ਹੱਥ ਜਾ, ਮੈਂ ਪਰਦਾ ਬਣਾ ਕੇ ਆਖਿਆ, ਇਹ ਕੁਝ ਉਹਨਾਂ ਦੇ ਕੋਲ ਲੈ ਲੈ, ਵਾਪਸ ਹੋ ਜਾ ਅੰਦਰ, ਮੈਂ ਆਵੀ ਅੰਦਰ, ਮਰਦ ਕੋਈ ਨਹੀਂ, ਬੀਬੀਆਂ ਚੁੱਪ ਬੈਠੀਆਂ। ਬਗੈਰ ਤਾਂ ਤੂੰ ਫਿਸੇ ਲਾਹੌਰ ਵਾਲੇ ਹੋ, ਤੁਸੀਂ ਗੱਲ ਬਰਦਾਸ਼ਤ ਨਹੀਂ ਕਰਦੀ, ਗੱਲ ਖਾ ਗਏ ਹੋ। ਸ਼ਿਮਰ ਆਦਾ ਤੂੰ ਫਿਸੇ ਬਕਰ ਬਿਨ ਵਾਇਲ ਦੀ ਰੋਜਾ ਦੀ, ਮੈਂ ਫਿਜ਼ਾ ਨਹੀਂ, ਮੈਂ ਬਕਰ ਬਿਨ ਵਾਇਲ ਜਰਨੈਲ ਦੀ ਬੀਵੀ ਆ। ਸ਼ਿਮਰ ਨੇ ਘੋੜੇ ਤੋਂ ਗਰਦਨ ਫੇਰ ਕੇ ਆਦੇ, ਫਰਜਾਈ ਹੱਟ ਜਾ, ਮੈਨੂੰ ਤੇਰੇ ਤੋਂ ਸ਼ਰਮ ਆਉਂਦਾ ਹੈ। ਮੇਰੀ ਸੈਨ ਦੀ ਨੌਕਰਾਨੀ ਬੋਲ ਕੇ ਆਦੀ, ਵੇ ਬਗੈਰਤ, ਮੇਰਾ ਸ਼ਰਮ ਕਰਦਾ ਅੰਦਰ, ਬਥੂਣ ਦੀ ਧੀ ਚੁੱਪ ਬੈਠੀ ਹੈ, ਮੇਰਾ ਤੇ ਸ਼ਰਮ ਕਰਦਾ ਅੰਦਰ, ਅਬਾਸ ਦੀ ਮੁਰਸ਼ਦਾ ਦੀ ਚੁੱਪ ਬੈਠੀ ਹੈ, ਮੇਰਾ ਤੇ ਸ਼ਰਮ ਕਰਦਾ ਅੰਦਰ, ਅਲੀ ਦੀ ਧੀ ਚੁੱਪ ਬੈਠੀ ਹੈ। ਮੈਂ ਬਿਸਮਿਲਾ ਕਹਿਣਾ, ਮੈਂ ਤੇਰੀ ਜਵਾਨੀ ਨਸੀਬ ਹੋ, ਮੇਰਾ ਸ਼ਰਮ ਕਰਨਾ ਅੰਦਰ, ਅਲੀ ਦੀਆਂ ਧੀਆਂ ਚੁੱਪ ਬੈਠੀਆਂ। ਇਹ ਬਗੈਰ ਦਾਦਾ ਜਲਦੀ ਕਰੋ, ਬਕਰ ਬਿਨ ਵਾਇਲ ਨੂੰ ਬੁਲਾਓ, ਰਸਤਾ ਨਹੀਂ ਪਿਛੜਦੀ। ਬਕਰ ਬਿਨ ਵਾਇਲ ਨੂੰ ਬੁਲਾਇਆ ਗਿਆ, ਤੇਰੀ ਦੌਜਾ ਸਾਹਮਣੇ ਖੜੀ ਹੈ। ਬਕਰ ਬਿਨ ਵਾਇਲ ਆ ਕੇ ਕਿਉਂ ਆਈ, ਤੈਨੂੰ ਪਤਾ ਨਹੀਂ ਮੈਂ ਪਰਦਾਦਾਰ ਆ, ਤੈਨੂੰ ਪਤਾ ਨਹੀਂ ਤੂੰ ਮੁੜ ਕੇ ਆ ਲਈ ਹੈ, ਤੂੰ ਚਾਦਰ ਆ ਲਈ ਹੈ, ਚਾਦਰ ਜ਼ਮੀਨ ਤੇ ਸੱਟ ਕੇ ਆਦੀ, ਅੱਗ ਲਾਓ ਤੇਰੀ ਚਾਦਰ ਨੂੰ ਅੰਦਰ, ਰਸੂਲ ਦੀ ਧੀ ਚੁੱਪ ਬੈਠੀ ਹੈ। ਮੇਰੀ ਸੈਨ ਦੀ ਨੌਕਰਾਨੀ ਬੋਲ ਕੇ ਆਦੀ, ਮੇਰੇ ਪਰਦੇ ਦਾ ਖਿਆਲ ਹੀ ਬਦਮਾਸ਼ਾਂ ਨੂੰ ਆਦੇ, ਜ਼ੈਨਬ ਨੂੰ ਲੁੱਟ ਲਓ, ਮੈਂ ਅੱਗ ਲਾਵਾਂ ਤੇਰੇ ਮੁਰਕੇ ਨੂੰ। ਇਸ ਬਗੈਰ ਤਲਵਾਰ ਮਾਰੀ ਬੱਕਰ ਬਿਨ ਵਾਇਲ ਦੀ ਦੌਜਾ, ਜ਼ਖਮੀ ਹੋਈ ਜ਼ੈਨਬ ਦੇ ਪੈਰਾਂ ਤੇ ਚੜ ਕੇ ਆਦੀ, ਤੇਰੀ ਚਾਦਰ ਬਚਾਉਣ ਆਈ ਆ। ਮੇਰੀ ਸੈਨ ਰੋ ਕੇ ਆਦੀ, ਮੇਰੀ ਮਾਂ ਤੇਰਾ ਇੰਤਜ਼ਾਰ ਫਿਕਰਦੀ ਹੈ। ਬੱਕਰ ਬਿਨ ਵਾਇਲ ਦੀ ਦੌਜਾ ਸ਼ਹੀਦ ਹੋ ਗਈ, ਜ਼ੈਨਬ ਦੇ ਪੈਰਾਂ ਦੇ ਵਿੱਚ ਲੱਗ ਗਈ ਅੱਗ। ਵੱਡੀ ਸਾਹਿਬ ਫਰਮੈਂਦੀ ਹੁੰਦੇ ਆ, ਇੱਕ ਪਾਸੇ ਨੂੰ ਚਵਲੀਓ ਜ਼ੈਨਬ ਦੇ ਖੈਮੇ ਨੂੰ ਅੱਗ ਲੱਗੀ, ਧੂੰਆਂ ਬੇਬਹਾਈ ਬਾਹਰ ਆਈਆਂ ਬੀਬੀਆਂ। ਹਮੀਰ ਪੁੱਤਰ, ਜਿਸ ਜੁਮਲੇ ਵਾਸਤੇ ਮੈਂ ਇਹ ਡਾਕਟਰ ਸਾਹਿਬ ਗੱਲ ਸੁਣ, ਮੇਰੀਆਂ ਮਾਵਾਂ ਬੇਣੀ, ਜਿਸ ਜੁਮਲੇ ਵਾਸਤੇ ਮੈਂ ਗੱਲ ਸੁਣ ਕੀਤੀ, ਹਮੀਰ ਪੁੱਤਰ ਮੁਸਲਮ ਦਾ ਰਵਾਇਤ ਕਰਦਾ, ਸਾਰੇ ਖੈਮੇ ਜਲ ਗਏ। ਨਹੀਂ ਸਕਦ ਰਵਾਇਤ ਪੜਦਾ, ਜ਼ੈਨਬ ਦੇ ਖੈਮੇ ਚ ਦੂਜੇ ਖੈਮੇ ਚ ਆਈਏ, ਪੈਰ ਦੀ ਠੋਕਰ ਨਾਲ ਕੁਛ ਐ ਲੱਗੀ ਹੈ, ਮੇਰੀ ਸੈਨ ਮੂੰਹ ਦੇ ਫਲ ਜ਼ਮੀਨ ਚ ਖੜੀ ਹੈ, ਮੇਰੀ ਸੈਨ ਦੀ ਕੋਲੇ ਬੀਬੀਆਂ ਦੀ ਮੈਂ ਘੁਬਰਾ ਹਾਂ, ਮੇਰੀ ਸੈਨ ਦੀ ਜਿਹੜੀ ਸ਼ੈ ਮਿਲੇ ਮੈਂ ਬਾਹਰ ਕੱਢ ਕੇ ਕਹਿੰਦਾ ਨਾ, ਹਮੀਦਾ ਦਾ ਮੈਂ ਕੱਢ ਕੀਤੀ ਰੱਖੀ ਹੈ, ਮੈਂ ਮੂੰਹ ਬੀਬੀ ਦੇ ਪਾਸੇ ਨਹੀਂ ਕੀਤਾ। ਹਮੀਦਾ ਦਾ ਮੈਂ ਕਾਗਜ਼ਾਂ ਤੇ ਪੱਥਰ ਦੇ ਕੇ ਕਰੀਬ ਆਇਆ, ਅੱਗ ਤੇਜ਼ ਆਈ, ਮੈਂ ਪਿਛਾਂ ਟਿਆ, ਮੈਂ ਆਖਿਆ ਬੀਬੀ ਨਾ ਮੈਂ ਵੇਂਦਾ ਨਾ ਤੂੰ ਜਾ, ਅੱਗ ਤੇਜ਼ ਹੋ ਗਈ ਹੈ। ਬੀਬੀ ਆਦੀ ਜਦੋਂ ਆਖਿਆ ਅੱਗ ਤੇਜ਼ ਹੋ ਗਈ, ਹਮੀਦਾ ਦਾ ਮੈਂ ਪਿੱਛਾ ਹਟਾਇਆ, ਹਮੀਦਾ ਦਾ ਮੈਂ ਮਰ ਜਾਵਾਂ, ਮਜੂਲਾ ਨਾ ਸੁਣਾ, ਆਸ ਦੀ ਨੂੰ ਅਟਕਿਆ ਵੀ ਹੱਥ ਜਾ, ਤੇਰਾ ਲੱਗਦਾ ਜੋ ਕੁਝ ਨਹੀਂ, ਹੱਟ ਜਾ, ਤੇਰਾ ਲੱਗਦਾ ਜੋ ਕੁਝ ਨਹੀਂ। ਹਮੀਦ ਆਦਾ ਨਾ ਦੇ ਲਈ ਪੜ ਗਿਆ, ਕਹਿੰਦਾ ਖਲੋਈਏ, ਅਰੇ ਥੋੜੀ ਜਿਹੀ ਦੇਰ ਦੇ ਬਾਅਦ ਮੇਰੀ ਠਾਇ 22 ਸਾਲ ਦੇ ਪੁੱਤਰ ਨੂੰ ਕੰਢ ਤੇ ਚਾਈ ਆਉਂਦੀ ਹੈ। ਰੋਕਿਆ ਦੀ ਦਾ ਬਾਬਾ ਲਈ ਖੈਬਰ ਫਟਣਾ ਸੌਖਾ ਹੈ, ਸਜਾਦ ਚਾਵਣਾ ਔਖਾ ਹੈ। ਇਹਦਾ ਤਾਂ ਹਮੀਦ ਆਦਾ 4 ਸਾਲ ਦੀ ਬੱਚੀ, ਜਿਹਦੇ ਤਾਂ ਮੈਨੂੰ ਭਾ ਲੱਗੀ ਹੋਈ ਹੈ, ਭੱਜਦੀ ਆਉਂਦੀ, ਮੈਂ ਖਿਆਲ ਬੁਝਾਵਾਂ, ਮੈਂ ਪਿੱਛੋਂ ਦੌੜਿਆ, ਮੈਂ ਰੇ ਸੱਤੀ ਵੀ ਮੇਰੀ ਅੱਗ ਬੁਝ ਗਈ ਹੈ, ਰੋ ਗਿਆ ਜੀ, ਦੇਖ ਕੇ
ਸਨਜ ਵਡੇ ਵਾਲੀ ਨੂੰ ਤੇ ਕਰਕੇ ਗਮ ਦੀ ਫਰਿਆਦ ਮੇਰੇ ਕੰਨ ਜ਼ਖਮੀ ਤੇਰੀ ਰਈਅਤ ਕੀਤੇ ਕਰ ਲੁੱਟਿਆਂ ਦੀ ਇਮਦਾਦ ਬੀਬੀਆਂ ਦੀ ਪਿਆ ਤਾਜ ਲੁੱਟੀ ਗਈ ਉੱਥੇ ਪੋਤਰੀ ਦਾ सलामत रखे मां सिवाय गमे हुसैन दे कदी को गम वेखो मेरे बादशाह दी जात ते हंजू साफ करके बावाजे बुलंद एक सलवा पढ़ो अल्लाह हुआ सारे ने तबीयत सुनाओ कसीदा पढ़न तो पहले थोड़ी जी गल सुन लो उसके बाद कसीदा सुना दे मदीना मोहम्मद मुस्तफा का हाँ मैं पता है बैर एक बस्ती है बीस हजार सुन शायद जी मदीने के बाहर एक बस्ती है पांच मील पांच फरसों के फासले उत्थे एक माई मर गई है वो बस्ती किन की है सारे ईसाइयों की गौर है सारे ईसाइयों की बस्ती है डॉक्टर साहब एक माई मर गई है वो माई की करती है अमानत रखती है पैसा सोना मोती दीगर माई मर गई जनाजे का ऐलान होया थोड़ा बहुत गटा सो जिस सही करो भाई जी जनाजे का ऐलान होया उन्हें आखिया जी जनाजा बाद पहले अमानत तवज्जो है जे मजलिस सुनने आए हो पहले अमानत जनाजा बाद बंदा बच्चा एक पुत्र है उसका आशा जी हैरान हो गया ब मां मेरी मैनू ये पैसे अज तक दसे ही नहीं ठीक है इन्हें मैं आख्या सारा मुसलमान मुल्क अज ही करना है गली चाचा जी आके हैरान हो गया अनवर साहब जो पता लगा ना कि मैनू दफन नहीं कर दे गली च रोन लग पिया बंदे ईसाई होर आ गया उन्हें आख्या परेशान क्यों है हो सकया मां मर गई है एक परेशानी दूजी परेशानी अमानत रख गई आई दस के नहीं गए दो तीजी परेशानी दफन नहीं पाउन देंगे एदो वड्डी कोई परेशानी है उन्होंने आख्या ना परेशान हो उन्होंने आख्या कमाल गल परेशान ना हो सके परेशान ना हो असी भावें ईसाई हाँ मदीने वाले रहम तो लाल मिल असी भावें ईसाई हाँ मदीने वाले रहम तो लाल मिल लेना उन्होंने जी कि चल मदीने चलिए मुश्किल आसान मदीने आ गए बारह पंद्रह ईसाई रल के मस्जिद नबी च गए नबी पाक मौजूद ना तो जो है नबी ना मिले परेशान हो गया रोंदा है वापस आ गया जेडे वेले मस्जिद नबी वाले चौक के बिच आया ना अगे लोगों का जम्मे गफीर है बेबहा पब्लिक किठी है दरम्यान एक शहजादा है जेड़ा हरनी के बच्चे का सिर जमीन से ला के आता पै कर अल्लाह का सजदा जो है बोलो मेरे नाल कर अल्लाह का सजदा ईसाई बंदे हटा के अंज बेच हो के ते वे क्या दा सुबहान अल्लाह आदियान यूसुफ बड़ा सोहना पर इहदे नाल नहीं तुसी भी मैनू ही सुनन आए हो ना बोलो मैं पुछन आए हो मैं बीमार दे नहीं बड़ा ही सोहना यूसुफ आई पर इहदे नाल नहीं उन्हें बंद मगर करंट से थपकी दे के ना मां मर गई है जाना नहीं हो सके जी वह मर गई है दफना नहीं पे दें दे। मैं जाके की कर शहजादे भी लै गई है प्यास भी बुझ गई है
ਇੱਥੇ ਬੰਦੇ ਫਿਰਦੇ ਨੇ ਪਏ ਮੇਰੇ ਅੱਗੇ ਪਿੱਛੇ, ਜਿਹੜੇ ਬੰਦੇ ਆਦੇ ਪਏ ਨੇ ਰੁਕਣ ਵਾਲੇ ਨਾਲ, ਇਹਨੂੰ ਨਹੀਂ ਦਾਤ ਦੇਣੀ, ਬੋਲਣਾ ਹੀ ਨਹੀਂ। ਡੋਰੀ ਜਦੋਂ ਨਜਫ ਦਾ ਵਾਲੀ ਕੱਟੇ ਉਦੋਂ ਕੱਟੀ ਜਾਂਦੀ, ਬੰਦਿਆਂ ਦੇ ਅੱਖਰ ਕੱਟਦੀ ਹੁੰਦੀ ਤੇ ਪੰਜ ਸਾਲ ਪਹਿਲਾਂ ਉਹਦੀ ਕੱਟੀ ਗਈ। ਘਬਰਾਉਣ ਵਾਲਾ ਬੰਦਾ ਨਹੀਂ, ਇਹ ਇੱਕ ਬੰਦਾ ਹੈ, ਲੱਖਾਂ ਵੀ ਹੋਣ ਨਾ ਮੈਂ ਖੜਾ। ਹਾਂ ਉਹ ਬੰਦੇ ਤਾਂ ਬੰਦੇ ਹੋਣ ਨਹੀਂ ਦਿੰਦੇ, ਮਾਂ ਮਰ ਗਈ ਮੱਝ ਹੈ, ਇਹਨੂੰ ਤੇ ਵੇਖੀਏ ਇਤਨੇ ਹੱਥ ਖੜੇ ਕਰਾਏ ਨੇ ਨਾ ਬੰਦੇ ਦੀ ਸੋਚ ਤੋਂ ਹੀ ਜ਼ਿਆਦਾ, ਤੇ ਮੈਂ ਚਾਹੁੰਦਾ ਹੁਣ ਕੁਝ ਪੜਿਆ ਜਾਏ ਤੇ ਕੁਝ ਖਾਉਣ ਦੇ ਬੱਚੇ ਨੂੰ ਵੀ ਲੱਭ ਜਾਏ। ਹੱਸਦਾ ਇਹਨੂੰ ਵੇਖ ਕੇ ਆ ਤੇ ਰੋਂਦਾ ਮੇਰੀ ਮਾਂ ਮਰ ਗਈ ਹੈ। ਈਸਾਈ ਆਜ਼ਾਦ ਦਾ ਮਜ਼ਹਬ, ਮੈਂ ਈਸਾਈ ਈਸਾ ਦਾ ਉਮਤੀ ਹਾਂ, ਇਹ ਮੇਰੀ ਬਸਤੀ ਹੈ, ਮਾਂ ਮੇਰੀ ਮਰ ਗਈ, ਅਮਾਨਤਾਂ ਰੱਖਦੀ ਹੈ, ਉਹ ਬੰਦੇ ਤਾਂ ਫਿਰ ਨਹੀਂ ਹੋਣ ਦਿੱਤੀ ਮੈਨੂੰ, ਅਮਾਨਤਾਂ ਦਾ ਕੋਈ ਨਹੀਂ ਪਤਾ, ਤੇ ਨਬੀ ਪਾਕ ਮਿਲੇ ਕੋਈ ਨਹੀਂ ਰੋਂਦਾ, ਇਸ ਵਾਸਤੇ ਕਿ ਘਰ ਨਹੀਂ ਜਾ ਸਕਦਾ। ਸਲਮਾਨ ਅਦਰ ਇਸ ਗੱਲ ਵਾਸਤੇ ਤੂੰ ਉੱਥੇ ਗਿਆ ਕਿਉਂ, ਇਹ ਉਹ ਨਹੀਂ ਤੇ ਨਬੀ ਦਾ ਪੁੱਤਰ ਜੋ ਹੈ। ਜ਼ੈਨਬ ਸੈਨ ਨੇ ਅਲੀ ਅਕਬਰ ਦੇ ਚਿਹਰੇ ਤੇ ਨਕਾਬ ਕਿਉਂ ਬੰਨਿਆ? ਮੈਂ 500 ਰੁਪਏ ਇੱਥੇ ਖਲੋ ਕੇ ਦੱਸਾਂ, ਮੈਨੂੰ ਕੁਝ ਦੱਸੋ, ਇੱਕ ਮਿੰਟ ਟਾਈਮ ਜ਼ਿਆਦਾ ਨਹੀਂ, ਬਸ ਨਹੀਂ ਜੀ ਨਹੀਂ ਗੱਲ ਹੈ ਨੀ ਚਾਚਾ ਜੀ। ਯੂਸਫ, ਹੁਣ ਤੁਹਾਡਾ ਟਾਈਮ ਖਤਮ ਹੋ ਗਿਆ, ਹੁਣ ਮੇਰਾ ਟਾਈਮ ਸ਼ੁਰੂ। ਯੂਸਫ, ਪੂਰੇ ਯੂਸਫ ਨੂੰ ਵੇਖ ਕੇ ਮਿਸਰ ਦੀਆਂ ਔਰਤਾਂ ਹੱਥ ਕੱਟ ਲਏ, ਪੂਰੇ ਯੂਸਫ ਨੂੰ ਵੇਖ ਕੇ ਚਿਹਰੇ ਲੈ ਕੇ ਐਡੀ ਚਾਹੀਦੀ, ਯੂਸਫ ਨੂੰ ਵੇਖ ਕੇ ਬੀਬੀਆਂ ਮਿਸਰ ਦੀਆਂ ਉਂਗਲੀਆਂ ਕੱਟ ਲਈਆਂ, ਤੇ ਜਿੱਥੋਂ ਯੂਸਫ ਹੁਸਨ ਦੀ ਭੀਖ ਮੰਗਦਾ ਹੈ ਉਹ ਲੈਲਾ ਦੇ ਪੁੱਤਰ ਦਾ ਦਰਬਾਰ ਹੈ। ਜ਼ੈਨਬ ਸੈਨ ਨੇ ਨਕਾਬ ਇਸ ਵਾਸਤੇ ਬੰਨਿਆ ਬਈ ਉਹ ਨੌਕਰ ਨੂੰ ਵੇਖ ਕੇ ਉਂਗਲੀਆਂ ਕੱਟ ਗਈਆਂ ਨੇ, ਮਤੇ ਸਰਦਾਰ ਨੂੰ ਦੁਨੀਆ ਸਾਰੇ ਨੂੰ ਵੇਖੇ ਤੇ ਦੁਨੀਆ ਮਰ ਨਾ ਜਾਵੇ। ਇਸ ਵਾਸਤੇ ਜਿਹੜਾ ਅਲੀ ਅਕਬਰ ਦੇ ਨਕਾਬ ਆਈ ਹੈਦਰੀ। ਹਾਂ ਸ਼ਦਾ ਦਾ ਬੜਾ ਹੀ ਸੋਹਣਾ, ਉਹ ਸਕੇ ਸੋਹਣਾ ਵੀ ਬੜਾ ਹੈ, ਜਿਹੜਾ ਕੰਮ ਪਿਆ ਕਰਦਾ ਉਹ ਵੀ ਚੰਗਾ, ਪਰ ਨਬੀ ਨਬੀ ਹੈ, ਪੁੱਤਰ ਪੁੱਤਰ। ਸ਼ਬੀਰ ਸਰਦਾਰ ਨੇ ਆਪਣਾ ਬੱਚਾ ਛੱਡਿਆ, ਛੁੱਟ ਕੇ ਸਾਈ ਸਾਹਮਣੇ ਆ ਕੇ ਤੇਰੀ ਗੱਲ ਵੀ ਦੱਸਾਂ ਤੇ ਤੇਰਾ ਕੰਮ ਵੀ ਕਰਾਂ, ਤੇਰੀ ਗੱਲ ਵੀ ਦੱਸਾਂ ਤੇ ਤੇਰਾ ਕੰਮ ਵੀ ਕਰਾਂ। ਤਾਂ ਪ੍ਰੇਸ਼ਰ ਹੋ ਗਿਆ, ਮੇਰੇ ਮਨ ਫਰਮਾਇਆ ਮੇਰੇ ਪਿੱਛੇ ਆ, ਈਸਾਈ ਵੀ ਆ ਗਏ ਮੁਸਲਮਾਨ ਵੀ ਟੁੱਟ ਪਏ, ਉਹਨਾਂ ਰਸਤਿਆਂ ਤੋਂ ਸ਼ਬੀਰ ਸਰਦਾਰ ਗਏ ਜਿਹਨਾਂ ਰਸਤਿਆਂ ਤੋਂ ਈਸਾਈ ਆਇਆ। ਜਿਹੜੇ ਵੇਲੇ ਬਸਤੀ ਦੇ ਨੇੜੇ ਜਾ ਰਹੇ ਈਸਾਈ ਆਪਣੇ ਨੂੰ ਆਦਾ ਜੀ ਬੱਲੇ, ਨਾ ਮੇਰਾ ਦੱਸਿਆ ਨਾ ਸ਼ਹਿਜ਼ਾਦੇ ਨੂੰ ਪਤਾ ਹੈ, ਸ਼ਹਿਜ਼ਾਦਾ ਉਹਨਾਂ ਰਸਤਿਆਂ ਤੋਂ ਹੀ ਆ ਰਿਹਾ। ਜ਼ੈਨਬ ਦੀ ਪਿੱਛੇ ਪਰਤ ਕੇ ਇਹਨਾਂ ਰਸਤਿਆਂ ਤੋਂ ਪਰੇਸ਼ਾਨ ਨੇ, ਮੈਂ ਤੇ ਅਸ਼ਮੋਲਾ ਦੇ ਰਸਤੇ ਨੇ ਸਫ਼ਰ ਕਰਨਾ, ਇਹਨਾਂ ਰਸਤਿਆਂ ਤੋਂ ਪਰੇਸ਼ਾਨ। ਗੱਲ ਮੈਂ ਹੁਣ ਕਰਨ ਲੱਗਾ, ਜਿਹਨਾਂ ਬੰਦੇ ਨੂੰ ਕੋਈ ਜ਼ਾਤੀ ਮੁਖਾਲਫਤ ਗੱਲ ਉਹਨਾਂ ਨਾਲ ਨਹੀਂ ਮਿਲੀ, ਉਹ ਮੈਨੂੰ ਨਹੀਂ ਮੇਰੇ ਨਾਲ ਬੋਲਣ ਲੱਗੇ, ਜਿਹਨਾਂ ਨੂੰ ਹੁਸੈਨ ਨਾਲ ਪਿਆਰ ਹੈ, ਅਨੂਰ ਹੁਸੈਨ ਵੇਖਣਾ ਇੱਥੋਂ ਲੈ ਕੇ ਪਿੱਛੋਂ ਤੱਕ ਹਲਾਲੀ ਮਵਾਲੀ ਇਮਾਮ ਹੁਸੈਨ ਨੂੰ ਦਾਦੇ ਸਨ, ਦੇਖਣਾ ਮੇਰੇ ਪਾਸੇ ਜਦੋਂ ਬੂਹੇ ਕੇ ਆ ਰਹਾ ਹੈ ਤੇ ਸਰਕਾਰ ਸ਼ਬੀਰ ਫਰਮਾਇਆ ਯਾਰ ਕੰਮ ਖਰਾਬ ਹੋ ਗਿਆ। ਈਸਾਈਆ ਦੇ ਜੀ ਕਿਵੇਂ ਸ਼ਬੀਰ ਮੰਨ, ਤੂੰ ਈਸਾਈ ਈਸਾ ਦਾ ਉਮਤੀ, ਜਿਹੜਾ ਤੇਰੇ ਘਰ ਕੱਠ ਹੈ ਉਹ ਵੀ ਈਸਾਈ, ਮੈਂ ਮੁਹੰਮਦ ਦਾ ਪੁੱਤਰ। ਜਿਹੜੇ ਵੇਲੇ ਮੈਂ ਜਾ ਕੇ ਦੱਸਣਾ ਕਿ ਇਸ ਬੰਦੇ ਦਾ ਸੋਨਾ ਹੈ ਤੇ ਉਹਨਾਂ ਮੇਰੇ ਪਿਓ ਦੀ ਦੁਸ਼ਮਣੀ ਤੋਂ ਅਖਰਾ ਨਹੀਂ ਜੀ, ਨਾਲ ਪੈਸੇ ਵੀ ਨੇ, ਵੇਖੋ ਮੁਹੰਮਦ ਦਾ ਪੁੱਤਰ ਝੂਠ ਪਿਆ ਬੋਲਦਾ, ਇਹ ਮੈਂ ਕੰਮ ਨਹੀਂ ਕਰਨਾ, ਝੂਠ ਮੈਂ ਨਹੀਂ ਬੋਲਣਾ, ਜੇ ਮੈਂ ਦੱਸਣਾ ਇਹਦੇ ਪੈਸੇ ਨੇ, ਉਹਨਾਂ ਅਖਰਾ ਨਾਲ ਸੋਨਾ ਵੀ ਹੈ ਨਾਲ ਜ਼ੇਵਰ ਵੀ ਹੈ ਨਾਲ ਪੈਸਾ ਵੀ ਹੈ, ਹਾਂ ਤੇ ਮੌਲਾ ਫਿਰ ਕੀ ਕਰੀਏ। ਤੇ ਸ਼ਬੀਰ ਮੰਨ, ਮੈਂ ਪ੍ਰੋਗਰਾਮ ਤਬਦੀਲ ਕਰਦਾ, ਮੈਂ ਤੈਨੂੰ ਤੇਰੀ ਮਾਂ ਹੀ ਨਾ ਮਿਲਾ ਛੱਡਾਂ, ਸਾਹਿਬ
मौला मां ते मर गई है, शबीर मैं हुसैन नहीं, जा जिंदिया। अंदर दाखिल होया, अंदर वेखे तो माई कफन समेत उठ के बैठी, माई पुत्र के पास वेखे भी कैनात के बादशाह बाहर खड़ा कर रहे हैं। उस जगह माई तू तो मर गई है, तो मेरी मुलाकात ही अज हुई है, तू कि जाननी है। ये माई आदि वो शला है जो चौथे आसमान से इजराइल आख्या माई का रूप वापस। बाद वो अकबर नपया हो, बच्ची अकबर के हाथ के पास बिठा है, बल पैरों के पास बिठा, इन रो गया दी तेरे हाथ पैर बड़े सोने, मैनू चाननी रात च मुंह विखा, इन करबला दी रेत अकबर बह गई है, नकाब ला गया दे तू ते रज के वेख, मेरी वेखण वाली मदीने रह गई है, जिदड़ा के तू ते रज के वेख, मेरी वेखण वाली मदीने रह गई है। उच्चा रो गया दी एडे हुण फिरा तू निकली गई सू, मर गई सी। थोड़ी जी दूर गए, अब्बास की आवाज आई, अकबर कासम तू संभाल लो, मैं जाना ते मेरी धी जान है, के फौज यजीद करीब है। दोवे शहजादे वापस वाले, अब्बास ने बाजू लपया है, हुसैनी फौज तो दूर जाके यजीदी लश्कर के नेड़े आके, अब्बास की आवाज आई, तेनू कुछ झिड़क दे वे, तेनू कुछ झिड़क दे वे, इस पासे मुंह करके अकल मारी, मैं मुश्किल च कम होना, जदड़ा कर मैं मुश्किल च कम होना, मैं आए काश हो मुश्किल च कम होता रहा है, तावी दी टुकदी दी करूं सकीना जीरी है चाचा, शिमर मेरे प्यू दी कंध दे बह गए चाचा, मैं कली रह गई हां, जदड़ा कर मुश्किल च कम होना, थोड़ दी दी आदि तुहाडा नाम क्या है, सैयदा दा मेरा नाम अब्बास है, अनवर साहब अब्बास दा नाम है, हुण दी दी तो सामान छड़ पे है, रोकिया दी तू अब्बास है, जिदे दर तो नौ लख शामी नहीं सकदे, मेरे मौला दे तैनू कुछ नहीं लादा, तू ते मेरी धी है, जा टुट जा मैं तेरा नाम ना हो रहा, पुर दी धी होर दे खैमे च आई, हुण पता लगे मेरी धी हुसैन दे खैमे च गई रही, आ मैं धी नू अलमावा, धी दे खैमे च आ के आदे किन गई आवे, रोकिया दी जावे बाबा मैं तेरे नाल नाराज, क्यों नाराज, रोकिया दी कितने दिन आए नसीब सहरा चाया, तू नहीं दसिया इत्थे साडे रिश्तेदार आयो है, आदे केड़े रिश्तेदार ते केड़े रिश्तेदार, उच्चा रुनी है रोकिया दी ना छुपा, मेरी तलवार की नोक ते हथ ला के आदी वे बाबा बेवारस ना समझे, और आदा जल्दी कर दोबारा सही ते बुला, मैं तेनू तलवार मरेगा, इन समर जमीन ते दटके नकना तलावे ता के आदी चाचा।